ये हाथ ऐसे नहीं जला, दिवाली वाले दिन बम चलाने गए थे तब जला था। ठीक है तू दस किनिया स्ट्राइकां बजियां? चार। वो की हुंदा लड़के आउणी दे तुकी है आज संडे फंडे मना लिया जे होवे तेरा हाथ नी बहुत ही अच्छा मैं लगता हुआ। ये बाकी बंदे तो आप जानते ही होंगे, बाकी व्यू चेक तो ही कर ही सकते हो। इस घर में हमारी गेंद गई है और इन्होंने वापस नहीं की, कमेंट में गाली नहीं। बहुत ही अच्छे कहते हैं हमारी बैटिंग आ गई है। अब बल्लू भाई कवैत आले ते आ बंदे ने चार छक्के खाधे है हाडे वालों बल्लू भाई कवैत आले। हाँ जी बहुत ही अच्छे हम विन कर गए हैं मैच को। तो ये देख लो ये हमारे कप्तान साहब को साहब ते ये विनिंग शॉट आले ते ये हारे हुए बंदे ये भी देख लो एक भी होना चाहिए ये भी होना चाहिए। बाकी एक दो घर चल गया वो भी तुम बाद हाँ सपोर्टर निंजा जी। हाँ जी की हाल चाल मेरे सारे वीर भरावां दा, होपफुली सारे जने ठीक ठाक हो गए। नवे दिन दे नाल नवे व्लॉग दी कर लगे शुरुआत कर लगे अपने कमरे तो डेली इत्थों करी दी है ते तुहानूं सारयां नूं पता ही है। ते अज जावांगे ते मोटरसाइकल दे तुहानूं अपडेट वगैरह करांगे ते मोटरसाइकल ते जिहड़ा साडा मोटा खर्चा होणा आ उह ते चलो होणा ही आ ते मोटरसाइकल अज ठीक ठूक करावांगे। ते विआह तों आ गए आ जिद्दां कि तुहानूं मैं दस्सिया सी विआह करके आपां थोड़े दौड़े भज्जे फिरदे पए सी ते हुण विआह तों देख दूख के आ गए आ। जिहने विआह वाला व्लॉग नहीं देखे जाके विआह वाला व्लॉग भी देखियो जरूर। बाकी मैं रिकॉर्ड वगैरह कोई किया नहीं क्योंकि साढ़े 365 दिन वाली रूटीन जी थोड़ी टुट गई ही तां करके मैं रिकॉर्ड करना मतलब कि मेरा मूड जिहा ऑफ हीगा ते उदां फिर विआह वगैरह आपां इंजॉय किया पूरे तरीके नाल। ते बाकी मतलब वधिया गल इह होई आ कि विआह तों आंदे ही साडा जिहड़ा चैन सैटअप ऑर्डर किया ही उह आ गया आ ते रोलन कंपनी दा आपां मंगाया आ ते चैन सैट वगैरह अपना गया आ ते इहनूं जा के हुण फिट फुट कराने आ। ते मतलब एक भरा ही अपना ते उहनां को जाके फिट फुट कराने आ ते उस तो बाद उहनां दे मतलब करावांगे अगली दा। ते बाकी बने रहियो अज मोटरसाइकल दी अपडेट तुहानूं सारी दिंदे आ ते मोटरसाइकल वी अज बड़े दिनां बाद चला लगे आ। मोटर व्लॉग सैटअप हजे नहीं लावांगे ਉੱਥੋਂ ਆ ਕੇ ਲਾਵਾਂਗੇ ਪਹਿਲੇ ਜਾ ਕੇ ਕੰਮ ਕਰਾ ਆਈਏ ਅਤੇ ਸਾਨੂੰ। ਬਾਕੀ ਜਿਹਨੇ ਮੇਰੇ ਭਰਾ ਨੇ ਇੰਸਟਾਗ੍ਰਾਮ ਸਨੈਪਚੈਟ 'ਤੇ ਫੋਲੋ ਨਹੀਂ ਕੀਤਾ ਜਾ ਕੇ ਇੰਸਟਾਗ੍ਰਾਮ ਸਨੈਪਚੈਟ 'ਤੇ ਜ਼ਰੂਰ ਫੋਲੋ ਕਰਿਓ। ਡੇਲੀ ਅਪਡੇਟ ਵਾਸਤੇ ਡੇਲੀ ਅਪਡੇਟ ਤੁਹਾਨੂੰ ਉੱਥੇ ਦੇਖਣ ਨੂੰ ਮਿਲੂਗੀ। ਬਾਕੀ 365 ਦਿਨ ਵਾਲੀ ਰੂਟੀਨ ਸਾਡੀ ਗਈ ਸੀ ਟੁੱਟ ਅਤੇ ਚਲੋ ਕੋਈ ਚੱਕਰ ਨਹੀਂ ਹੋਇਆ ਅਤੇ ਉਹ ਵੀ ਕੋਈ ਆਪਣੇ ਕਾਰਨਾਂ ਕਰਕੇ ਟੁੱਟ ਗਈ ਅਤੇ ਬਾਕੀ ਯੂਟਿਊਬ 'ਤੇ ਅਪਲੋਡ ਹੀ ਨਹੀਂ ਹੋਣ ਡੀ ਵੀਡੀਓ ਪਤਾ ਨਹੀਂ ਕਿਉਂ ਅਤੇ ਜਦੋਂ ਅਪਲੋਡ ਹੋਈ ਅਗਲੇ ਦਿਨ ਜਾ ਕੇ ਹੋਈ ਅਤੇ ਚਲੋ ਕੋਈ ਚੱਕਰ ਨਹੀਂ ਹੈਗਾ। ਅਤੇ ਆਪਾਂ ਰੂਟੀਨ ਇੱਦਾਂ ਆਪਣੀ ਕਾਇਮ ਰੱਖਣੀ ਆ ਉੱਦਾਂ ਅਤੇ ਆਪਣੇ ਵੱਲੋਂ ਡੇਲੀ ਵਲੋਗ ਦੀ ਕੋਸ਼ਿਸ਼ ਕਰਾਂਗੇ ਕਿ ਡੇਲੀ ਤੋਂ ਡੇਲੀ ਤੁਹਾਨੂੰ ਵਲੋਗ ਦੇਖਣ ਨੂੰ ਮਿਲਣ ਅਤੇ ਹੁਣ ਕੰਟੈਂਟ ਵਧੀਆ ਤੋਂ ਵਧੀਆ ਹੀ ਆਊਗਾ ਅਤੇ ਰਾਈਡ ਵਗੈਰਾ 'ਤੇ ਵੀ ਜਾਵਾਂਗੇ ਕਿਤੇ ਅਤੇ ਉਹ ਵੀ ਤੁਹਾਨੂੰ ਅੱਗੇ ਦੇਖਣ ਨੂੰ ਮਿਲ ਹੀ ਜਾਣੀਆਂ ਸਾਰੀਆਂ ਚੀਜ਼ਾਂ ਅਤੇ ਬਣੇ। ਬਾਕੀ ਇਹ ਰਿਹਾ ਆਪਣਾ ਮੋਟਰਸਾਈਕਲ ਅਤੇ ਬਾਕੀ ਇਹ 'ਚ ਲਿਫਾਫੇ 'ਚ ਪਾਇਆ ਹੈਵੀ ਬਹੁਤ ਹੈ ਅਤੇ ਵਧੀਆ ਕੰਪਨੀ ਦਾ ਰੋਲ ਆਉਂਦਾ ਅਤੇ ਹੁਣ ਚੱਲਦੇ ਹਾਂ ਇਹਨੂੰ ਅਤੇ ਬਾਕੀ ਜਾ ਕੇ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਇੰਸਟਾਗ੍ਰਾਮ ਸਨੈਪਚੈਟ 'ਤੇ ਦੋਨਾਂ ਦੀ ਆਈਡੀ ਇਹੀ ਆ। ਫਾਈਨਲੀ ਪਿਛਲਾ ਚੈਨ ਸੈੱਟ ਪੈ ਗਿਆ ਆ ਅਤੇ ਅਗਲਾ ਹੁਣ ਪਾਊਗਾ। ਅਗਲੀ ਗਰਾਰੀ ਤੁਸੀਂ ਚੈੱਕ ਕਰ ਹੀ ਸਕਦੇ ਹੋ ਪਲੇਨ ਹੋ ਗਈ ਆ ਪੂਰੀ ਅਤੇ ਇਹ ਵੀ ਚੇਂਜ ਹੋਊਗੀ ਅਤੇ ਬਾਕੀ ਇਹ ਰਿਹਾ ਆਪਣਾ ਚੈਨ ਸੈੱਟ ਇਹੀ ਆ ਨਾ ਭਾਅ ਜੀ ਇਹ ਚੈਨ ਆਹੋ ਚੈਨ ਆ ਅਤੇ ਛੋਟੀ ਗਰਾਰੀ ਇਹਦੇ ਵਿੱਚ ਹੀ ਹੋਣੀ ਆ ਅਤੇ ਹੁਣ ਚੇਂਜ ਕਰਾਉਂਦੇ ਹਾਂ ਅਤੇ ਫਿਰ ਚੱਲਦੇ ਹਾਂ। ਬਾਕੀ ਮੋਟਰਸਾਈਕਲ ਵੀ ਅੱਜ ਧਵਾਉਣਾ ਪੈਣਾ ਅਤੇ ਧਵਾਵਾਂਗੇ ਅਤੇ ਅਗਲੀ ਗਰਾਰੀ ਬਿਲਕੁਲ ਖਤਮ ਹੋ ਗਈ ਹੈ ਇਹਦੇ ਕਰਕੇ ਬਹੁਤ ਜ਼ਿਆਦਾ ਕੜਕੜ ਕਰਦਾ ਸੀ ਇਹ ਅਤੇ ਬਾਕੀ ਓਇਲ ਤੁਸੀਂ ਚੈੱਕ ਕਰ ਹੀ ਸਕਦੇ ਹੋ ਗੰਦਾ ਹੀ ਹੋਇਆ ਪਿਆ ਸਾਰਾ ਇਹ ਵੀ ਸਾਫ਼ ਕਰ ਲੈਂਦੇ ਕੋਈ ਨਹੀਂ। ਫਾਈਨਲੀ ਆ ਗਈ ਆਪਣੀ ਚੈਨ ਅਤੇ ਅਗਲੀ ਗਰਾਰੀ ਵੀ ਹੋਣ ਦੀ ਆ ਫਿੱਟ ਅਤੇ ਪਿਛਲੀ ਤਾਂ ਹੋ ਗਈ ਆ ਅਤੇ ਇਹਦਾ ਪਿਛਲਾ ਸਿਸਟਮ ਪਈ ਆ ਪਿਛਲਾ ਤਾਂ ਪੂਰਾ ਹੀ ਕੰਮ ਹੋਇਆ ਪਿਆ ਇਹਦਾ ਅਤੇ ਬਾਕੀ ਠੀਕ ਆ 40-45 ਹਜ਼ਾਰ ਚੱਲ ਗਿਆ। ਫਾਈਨਲੀ ਮੋਟਰਸਾਈਕਲ ਹੋ ਗਿਆ ਆਪਣਾ ਸਹੀ ਬਿਲਕੁਲ ਆਲ ਸੈੱਟ ਅਤੇ ਆਵਾਜ਼ ਵੀ ਆਉਣੀ ਹੋ ਗਈ ਬੰਦ ਅਤੇ ਬਾਕੀ ਇਹ ਬ੍ਰੇਕ ਵੀ ਚੱਲਣ ਲੱਗ ਪਈ ਆ ਅਤੇ ਹੁਣ ਚੱਲਦੇ ਹਾਂ ਘਰ ਅਤੇ ਫਿਰ ਤੁਹਾਨੂੰ ਮਿਲਦੇ ਹਾਂ ਜਾ ਕੇ ਅਤੇ ਬਾਕੀ ਯਾਰ ਉਹ ਭਾਈ ਦੇ ਘਰ ਹੀ ਗਏ ਅਤੇ ਭਾਜੀ ਬਹੁਤ ਵਧੀਆ ਮਕੈਨਿਕ ਆ ਅਤੇ ਆਪਾਂ ਉਹਨਾਂ ਦੇ ਘਰ ਹੀ ਚੱਲ ਗਏ ਸੀ ਅਤੇ ਸੰਡੇ ਦਾ ਟਾਈਮ ਆ ਭਾਈ ਕੋਲ ਫ੍ਰੀ ਹੁੰਦਾ
ਤੇ ਤਾਂ ਕਰਕੇ ਉੱਥੇ ਮੈਂ ਵੀਡੀਓ ਬਣਾਈ ਨਹੀਂ ਕੋਈ। ਮੈਂ ਕਿਹਾ ਯਾਰ ਚੰਗਾ ਨਹੀਂ ਲੱਗਦਾ ਅਗਲੇ ਦਾ ਘਰ ਆ, ਤੇ ਥੋੜ੍ਹੀ ਬਹੁਤੀ ਬਣਾਈ ਉਹ ਕਲਿੱਪ ਤੁਸੀਂ ਦੇਖ ਲਈ ਹੋਣੀ ਆ ਹੁਣ। ਤੇ ਫਾਈਨਲੀ ਆ ਗਿਆ ਮੈਂ ਘਰ ਵਾਪਸ, ਤੇ ਬਾਕੀ ਤੁਸੀਂ ਚੈੱਕ ਕਰ ਹੀ ਸਕਦੇ ਹੋ ਇਹਦਾ ਵੀ ਪ੍ਰੈਸ਼ਰ ਵਗੈਰਾ ਬਣ ਗਿਆ ਪੂਰਾ, ਤੇ ਬਾਕੀ ਮੋਟਰਸਾਈਕਲ ਹੋ ਗਿਆ ਪੂਰਾ ਧਵਾਉਣ ਵਾਲਾ, ਤੇ ਚੈਨ ਸੈੱਟ ਵਗੈਰਾ ਆਪਾਂ ਪਵਾ ਲਿਆ, ਤੇ ਹੁਣ ਆ ਗਏ ਹਾਂ ਘਰ। ਤੇ ਬਾਕੀ ਹੁਣ ਚੈਨਲ ਸਬਸਕ੍ਰਾਈਬ ਕਰੋ ਯਾਰ ਵੱਧ ਤੋਂ ਵੱਧ। ਤੇ ਫਾਈਨਲੀ ਹੁਣ ਚੱਲੇ ਹਾਂ ਖੇਡਣ ਵਾਸਤੇ, ਤੇ ਜਦੋਂ ਦਾ ਮੈਂ ਘਰ ਆਇਆ ਤੇ ਰੋਟੀ ਪਾਣੀ ਖਾ ਕੇ, ਤੇ ਹੁਣ ਚੱਲੇ ਹਾਂ ਖੇਡਣ ਵਾਸਤੇ, ਤੇ ਖੇਡਣ ਦੀ ਰੂਟੀਨ ਗਈ ਟੁੱਟ, ਤੇ ਹੁਣ ਜਾ ਕੇ ਖੇਡਾਂਗੇ, ਤੇ ਫਿਰ ਤੁਹਾਨੂੰ ਮਿਲਦੇ ਹਾਂ ਅੱਗੇ ਜਾ ਕੇ ਗਰਾਊਂਡ 'ਚ ਪਹੁੰਚਾ ਪਹਿਲੇ ਦੇਖਾਂ ਤੇ ਕੌਣ ਕੌਣ। ਲਓ ਜੀ ਆਏ ਹੀ ਖੇਡਣ, ਤੇ ਖੇਡਣ ਗਰਾਊਂਡ 'ਚ ਕੋਈ ਪਹੁੰਚਿਆ ਨਹੀਂ, ਤੇ ਬਾਲ ਲੈ ਕੇ ਉੱਦਾਂ ਹੀ ਘੁੰਮੇ ਨਾ ਫਿਰਨ ਡੇ ਆ। ਤੇ ਜਿਹੜਾ ਮੇਰੇ ਭਰਾ ਵਲੋਗ ਦੇਖਦੇ ਆ ਖੇਡਣ ਵਾਲੇ, ਤੇ ਸ਼ਾਮ ਨੂੰ ਖੇਡਣ ਜ਼ਰੂਰ ਆਇਆ ਕਰੋ 4:30 ਵਜੇ, ਤੇ ਸਾਰਿਆਂ ਅੱਗੇ ਇਹੀ ਬੇਨਤੀ ਆ ਭਰਾਵਾਂ ਅੱਗੇ, ਤੇ ਖੇਡਣ ਜ਼ਰੂਰ ਆਇਆ ਕਰੋ। ਤੇ ਇੱਕ ਆ ਭਰਾ ਆਇਆ ਸਿਰਫ, ਤੇ ਖੇਡਣ ਕੋਈ ਆਉਂਦਾ ਨਹੀਂ, ਫਿਰ ਕਹਿੰਦੇ ਕਿ ਸਾਨੂੰ ਉਹ ਹੋ ਗਿਆ ਇਹ ਹੋ ਗਿਆ, ਤੇ ਗਰਾਊਂਡ ਖਾਲੀ ਪਈ ਆ। ਖੇਡਣ ਆਇਆ ਕਰੋ ਯਾਰ ਜਿਹੜੇ ਵਲੋਗ ਦੇਖਦੇ ਮੇਰੇ ਭਰਾ। ਲੈ ਵੇ ਮਤਰਾ ਬੜੇ ਜਿਹੜਾ ਬਾਅਦ ਬੰਦੇ ਕੀਤੇ ਆ ਕਾਬੂ, ਤੇ ਇਹਨਾਂ ਨੂੰ ਤੁਸੀਂ ਜਾਣਦੇ ਹੀ ਹੋ ਗਏ ਜਿਹਨੇ ਇੰਜਲ ਫਾਰਮ ਵਾਲਾ ਵਲੋਗ ਦੇਖਿਆ ਹੋਣਾ ਭਰਾ ਆਪਣਾ ਸੁਮਿਤ ਹੰਸ। ਤੇ ਬਾਕੀ ਗੇੜੀ ਗੁੜੀ ਮਾਰਨੀ ਸੀ, ਤੇ ਹੁਣ ਗੇੜੀ ਗੁੜੀ ਮਾਰ ਕੇ ਆ ਗਏ ਹਾਂ, ਉਧਰੋਂ ਮੈਲਟੀ ਵੱਲੋਂ ਘੁੰਮ ਘੁੰਮ ਕੇ ਆ ਗਏ ਹਾਂ, ਤੇ ਹੁਣ ਚੱਲਦੇ ਹਾਂ ਘਰ। ਤੇ ਬਾਕੀ ਖੇਡਣ ਜਾਣਾ ਸੀ ਯਾਰ, ਖੇਡਣ ਕੋਈ ਬੰਦਾ ਨਹੀਂ ਆਇਆ, ਤੇ ਮੁੰਡੇ ਫੋਨ 'ਤੇ ਫੋਨ ਕਰਦੇ ਰਹਿੰਦੇ ਉੱਦਾਂ ਕਿ ਖੇਡਣ ਜਾਣਾ। ਤੇ ਬਾਕੀ ਸੁਮਿਤ ਤੁਸੀਂ ਦੱਸੋ ਠੀਕ ਠਾਕ ਹੋ? ਬੋਲਣ ਕਿਉਂ ਨਹੀਂ ਦੇ ਤੁਸੀਂ? ਹੈਂ ਅੱਜ ਸੰਡੇ ਫੰਡੇ ਮਨਾ ਲਿਆ ਹੈ? ਕੋਈ ਮੈਸੇਜ ਦੇਣਾ ਚਾਹੇ ਤੁਹਾਡੇ ਭਰਾਵਾਂ ਨੂੰ ਜਿਹੜੇ ਸਾਡੇ ਨਾਲ ਜੁੜੇ ਆ, 200 ਕੁ ਬੰਦਾ ਜੁੜਿਆ? ਮੈਸੇਜ ਇਹੀ ਆ ਮਾੜੀ ਸੰਗਤ 'ਚ ਨਾ ਪਓ। ਅੱਛਾ, ਜਿੱਦਾਂ ਤੁਸੀਂ ਆ ਰਹੇ ਨੇ ਆਪਣੇ ਘਰ ਦੀ ਇੱਜ਼ਤ ਕਰੋ। ਆਹੋ, ਦੂਜੀ ਵੀ ਗੱਲ ਤੁਹਾਡੇ ਤੇ ਲਾਗੂ ਨਹੀਂ ਹੁੰਦੀ ਅੱਗੇ, ਤੇ ਪੜ੍ਹੋ ਪੜ੍ਹਾਈ 'ਚ ਸਭ ਕੁਛ ਆ। ਇਹ ਤੀਜੀ ਗੱਲ ਤੁਹਾਡੀ ਦੋਨਾਂ 'ਤੇ ਨਹੀਂ ਲਾਗੂ ਹੁੰਦੀ, ਹੋਰ ਪੜ੍ਹੋ ਕੰਮ ਕਰੋ ਕਾਮਯਾਬੀ ਲਓ। ਨਹੀਂ ਯਾਰ ਵਧੀਆ ਗੱਲਾਂ ਤਾਂ ਵਧੀਆ ਗਈਆਂ, ਪਰ ਸਾਡੇ 'ਤੇ ਕੋਈ ਲਾਗੂ ਨਹੀਂ ਹੋ ਰਹੀ ਇਸ ਟਾਈਮ। ਅਤੇ ਹੋਰ ਪਹੁੰਚ ਗਏ ਹਾਂ ਵਿਜੇ ਮਾਰਕੀਟ, ਅਤੇ ਲੈ ਦੇ ਕੇ ਇਹੀ ਮਾਰਕੀਟ ਬਚੀ ਸਾਡੇ ਕੋਲ, ਅਤੇ ਇੱਥੇ ਗੇੜੀ ਗੁੜੀ ਮਾਰ ਕੇ ਸਾਰ ਲਈਦਾ। ਅਤੇ ਜਲੰਧਰ ਜਾਣ ਦਾ ਮੌਕਾ ਸਾਨੂੰ ਗਰੀਬਾਂ ਨੂੰ ਬਹੁਤ ਘੱਟ ਮਿਲਦਾ ਆ, ਅਤੇ ਬਾਕੀ ਹੁਣ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਹੋ ਸਕੇ। ਬਾਕੀ ਤਾਂ 2 ਕੁ ਦਿਨ ਪਹਿਲੇ ਹੀ ਉੱਦਾਂ ਮੈਂ ਗਿਆ ਸੀ, ਇੰਨਾ ਗੱਲ ਮੇਰੀ ਕਹਿਣੀ ਬਣਦੀ ਨਹੀਂ ਉੱਦਾਂ। ਕਿਉਂ ਕੀਤੇ ਸੀ ਬੰਦੇ ਕਰ ਇਹਨੂੰ ਕੀ ਲੈ ਕੇ ਦੇਣਾ? ਇਹਨੂੰ ਬੇਬੀ ਐਲੀਫੈਂਟ ਚਾਹੀਦਾ ਇਹਦੇ ਵਰਗਾ। ਮੋਟੇ ਇੱਧਰ ਦੇਖ, ਇੱਧਰ ਦੇਖ, ਸੋਹਣੇ ਹੋ ਇੱਧਰ ਦੇਖ। ਫੂਕ ਮਾਰ ਲੈਣਾ ਨਿਕਲ ਗਿਆ ਆਵਾਜ਼ ਪਰਮੋਟੇ ਤੈਨੂੰ ਮੈਂ ਇੱਕ ਗੱਲ ਕਹਾਂ, ਜੋ ਮਰਜ਼ੀ ਕਰ ਲੈ, ਇਹ ਚੀਜ਼ਾਂ ਬੰਦਿਆਂ ਵਾਸਤੇ ਬਣੀਆਂ, ਪਸ਼ੂਆਂ ਵਾਸਤੇ ਨਹੀਂ ਬਣੀਆਂ ਮੇਰਾ ਭਰਾ। ਤੁਸੀਂ ਰੱਥ ਰੁੱਥ ਚਲਾਓ ਜਾ ਕੇ, ਗੱਲ ਹੋਰ ਕੋਈ ਨੀ। ਕੀ ਕਹਿਲਾ ਕਹਿਲਾ ਕੁਛ ਕਹਿਲਾ, ਔਨ ਕੈਮਰਾ ਕਹਿਲਾ ਕੁਛ ਜੇ ਕਹਿਣਾ ਤੇ, ਤਾਂ ਵੀ ਕੋਈ ਚੱਕਰ ਨੀ। ਇਹਨੂੰ ਇੰਨੀ ਗੱਲ ਦਾ ਪਤਾ ਜੇ ਮੈਂ ਕੁਛ ਬੋਲੂੰਗਾ ਇਹਨੇ ਐਡੀਟਿੰਗ 'ਚ ਕੱਟ ਦੇਣਾ ਆ। ਤੂੰ ਦੱਸ ਕਿੰਨੀਆਂ ਸਟ੍ਰਾਈਕਾਂ ਵੱਜੀਆਂ? 4 ਉਹ ਕੀ ਹੁੰਦਾ ਕਾਪੀਰਾਈਟ ਸਟ੍ਰਾਈਕ, ਇੱਕ ਯੈਲੋ ਡਾਲਰ। ਕੰਟੈਂਟ ਕਿਹੜਾ ਕਾਪੀ ਕਰਨ ਡੇ ਆਪਾਂ? ਐਡੇ ਕਾਪੀਰਾਈਟ ਸਟ੍ਰਾਈਕ ਆਣ ਡੇ ਆ। ਓਏ ਨਾ ਮੋਟੇ, ਫੜ ਜੇ ਫੜਨ ਲੱਗਾ ਤੇ ਉਹਨੂੰ ਫੜ। ਕੱਲਾ ਕੱਲਾ ਹੀ ਰਹਿ ਜਾਣਾ ਵਾ, ਉਹ ਤਾਂ ਜਰਮਨ ਗਿਆ ਇੱਕ। ਸ਼ੱਕਰ ਮਾਰੇ ਸਬਸਕ੍ਰਾਈਬ 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 ਨਹੀਂ ਬੰਦੇ ਸਾਡੇ ਸੌਫੀ ਹੁੰਦੇ, ਸਾਡੇ ਵਲੌਗ ਚ ਵੀ ਸੌਫੀ ਹੁੰਦੇ ਆ।
ਮੰਦਰ ਦਾ ਕੋਈ ਚੱਜ ਮਾਤਾ ਰੋਜ਼ ਵੀ ਜਾਂਦੀ ਘੰਟਾ ਮੰਦਰ ਦਾ ਪਲੀਜ਼ ਮਾਈ ਨਿਊ ਚੈਨਲ ਐਂਡ ਸ਼ੱਕਰ ਪਾਰੇ ਰਿਕਾਰਡਿਡ ਅਪਲੋਡਿਡ ਬਸ ਅੱਗੇ ਕੰਟੈਂਟ ਹੈ ਨੀ ਸਾਡੇ ਕੋਲ ਖਤਮ ਹੋਇਆ ਪਿਆ ਜਾਨੂ ਪ੍ਰਾਈਵੇਸੀ ਚ ਏਦਾਂ ਨੀ ਬੈਨ ਹੁੰਦਾ ਤਗੜੀ ਤਗੜੀ ਸਕੀਮ ਲਾਓ ਯਾਰ ਸਾਡਾ ਇੱਕੋ ਅਸੂਲ ਆ ਰਿਕਾਰਡਿਡ ਅਪਲੋਡਿਡ ਗੱਲ ਇਹ ਆ ਹੁਣ ਜਿਹੜੀ ਚੀਜ਼ ਬਣ ਗਈ ਹੈ ਨਾ ਪਰ ਬੇਇੱਜ਼ਤੀ ਤੇਰੀ ਜ਼ਿਆਦੀ ਹੋ ਗਈ ਆ ਸੋਰੀ ਆ ਯਾਰ ਮੇਰਾ ਭਰਾ ਪਰ ਕੰਟੈਂਟ ਮੇਰਾ ਅੱਜ ਦਾ ਬਣ ਗਿਆ ਐ ਕੀ ਥੁੱਕਣ ਡਿਆ ਮਾਮਾ ਲੇਬਾ ਲਾ ਸੁਮੀ ਦੇ ਮੂੰਹ ਤੇ ਜਿਹੜਾ ਕਹਿਣ ਡਿਆ ਥੁੱਕ ਦੇ ਤੂੰ ਪਿੰਡ ਚ ਕਿਹਨੂੰ ਦੇਖਿਆ ਕਿਰਤਨ ਇੰਸਪਾਇਰ ਹੋਇਆ ਲਹਿ ਬਈ ਮਿੱਤਰਾ ਆਪਾਂ ਚੱਲੇ ਆ ਘਰ ਤੇ ਜਿਹਦੀ ਜ਼ਿਆਦੀ ਬੇਇੱਜ਼ਤੀ ਹੋਈ ਆ ਉਹ ਤੇ ਚੱਲ ਗਿਆ ਆ ਤੇ ਕਿੱਥੇ ਗਿਆ ਸੁਮੀ ਦੱਸੀ ਮਾੜਾ ਜਾ ਉਹ ਗਿਆ ਨਾਨਕੇ ਆਪਣੇ ਗਿਆ ਕਹਿੰਦਾ ਇੰਡੀਆ ਤੇ ਆਸਟ੍ਰੇਲੀਆ ਦਾ ਮੈਚ ਆ ਜੇ ਇੰਡੀਆ ਇਹ ਭਾਈ ਨੇ ਬਹੁਤ ਬੇਇੱਜ਼ਤੀ ਕੀਤੀ ਉਹਦੀ ਇੰਡੀਆ ਪਾਕਿਸਤਾਨ ਦਾ ਇੰਡੀਆ ਆਸਟ੍ਰੇਲੀਆ ਦਾ ਮੈਚ ਆ ਇੰਡੀਆ ਤੇ ਆਸਟ੍ਰੇਲੀਆ ਦਾ ਮੈਚ ਆ ਠੀਕ ਆ ਭਾਜੀ ਭਾਈ ਨੇ ਬਹੁਤ ਬੇਇੱਜ਼ਤੀ ਕੀਤੀ ਭਾਜੀ ਬਹੁਤ ਤਕੜਾ ਐਂਟਰਟੇਨਮੈਂਟ ਕੀਤਾ ਤੁਸੀਂ ਭਾਜੀ ਕਿਰਪਾ ਕਰਕੇ ਯਾਰ ਵੀਡੀਓ ਨਾ ਪਾਈ ਭਾਜੀ ਇਹ ਸਾਰੇ ਚੀਜ਼ ਪੈਣੀ ਆ ਹੁਣ ਤੂੰ ਕਹਿ ਬਾਰ ਬਾਰ ਕਹਿਣ ਡਿਆ ਇਹ ਵੀ ਪੈ ਜਾਣੀ ਆ ਐਂਕਾ ਪਾਈ ਗਿਆ ਐਨਕ ਨਹੀਂ ਲੈਣੀ ਅੱਖ ਦਿਖ ਜੂ ਚੱਲ ਚੱਲੀਏ ਯਾਰ ਮੈਂ ਦੇਖੀ ਜਾ ਕੇ ਚਲੋ ਚੱਲੀਏ ਓਕੇ ਬਾਏ ਸੀ ਯੂ